Asunto Pamilito! Loki Mafia Pamilito! ਅਸੀਂ ਆਪਣੇ ਹੱਕ ਲੜਨ ਖੜੇ ਆ ਜਿਹੜਾ ਮੋਦੀ ਸਾਡੀਆਂ ਜ਼ਮੀਨਾਂ ਖੋ ਰਿਹਾ ਅਸੀਂ ਉਹਦੇ ਲਈ ਖੜੇ ਆ ਜੇ ਸਾਡੀਆਂ ਮੋਦੀ ਜ਼ਮੀਨਾਂ ਖੜੇਗਾ ਅਸੀਂ ਉਹਦੇ ਘਰਾਂ ਜਾ ਕੇ ਧਰਨਾ ਸਾਹਮਣੇ ਲਾ ਦੂੰਗੇ ਮੋਦੀ ਜੋ ਕਰ ਰਿਹਾ ਗਲਤ ਕਰ ਰਿਹਾ ਮੋਦੀ ਮਰ ਗਿਆ ਜਿਹੜਾ ਮੋਦੀ ਸਾਡੀ ਜ਼ਮੀਨਾਂ ਖੋ ਰਿਹਾ ਉਹਨੂੰ ਅਸੀਂ ਪਿਆਰ ਨਾਲ ਸਮਝਾਉਣਾ ਚਾਹੁੰਦੇ ਆ ਵੀ ਸਾਡੀ ਜ਼ਮੀਨਾਂ ਛੱਡ ਦੇ ਨਹੀਂ ਅਸੀਂ ਆ ਕੇ ਤੇਰਾ ਦਿੱਲੀ ਮੰਨ ਲਾਂਗੇ ਕੀ ਕਹਿਣਾ ਚਾਹੋਗੇ ਕੰਗਨਾ ਰਣੌਤ ਬਾਰੇ ਤੇ ਉਹਨਾਂ ਦੀ ਫਿਲਮ ਬਾਰੇ ਤੇ ਬਾਈ ਜੀ ਆਪਾਂ ਕੰਗਨਾ ਰਣੌਤ ਦੀ ਜੋ ਵੀ ਫਿਲਮ ਆ ਰਹੀ ਹੈ ਉਹ ਆਪਾਂ ਕਿਸੇ ਕੋਈ ਵੀ ਨਹੀਂ ਚੱਲਣ ਦੇਾਂਗੇ ਹਾਂਜੀ ਦੇਖੋ ਕੰਗਨਾ ਰਣੌਤ ਨਾਲ ਸਾਡਾ ਕੋਈ ਪਰਸਨਲ ਜਾਂ ਦਾ ਕੋਈ ਵੈਰ ਵਿਰੋਧ ਨਹੀਂ ਹੈ ਬਟ ਉਸਨੇ ਕੀ ਹੈ ਸਾਨੂੰ ਸਪੋਰਟ ਕਰਨ ਦੀ ਜਗ੍ਹਾ ਉਹ ਉਲਟਾ ਬੋਲ ਰਹੀ ਹੈ ਕਿ ਜਿੰਨੀਆਂ ਵੀ ਉੱਥੇ ਲੇਡੀਜ਼ ਜਾ ਰਹੀਆਂ ਹੈ ਉਹ ਦਿਹਾੜੀ ਤੇ ਜਾ ਰਹੀਆਂ ਜਦ ਉਹ ਸਾਨੂੰ ਐਂ ਕਹਿ ਸਕਦੀ ਹੈ ਬਜ਼ੁਰਗਾਂ ਨੂੰ ਵੀ 100-100 ਰੁਪਈਏ ਦੇ ਦਿਹਾੜੀ ਪਰ ਜਾਂਦੇ ਹਾਂ ਸਾਡੀ ਜ਼ਮੀਰ ਜਾਗਦੀ ਹੈ ਅਸੀਂ ਕੋਈ ਊਂ ਤਾਂ ਨਹੀਂ ਆਉਂਦੀਆਂ ਅਸੀਂ ਦਿਹਾੜੀਦਾਰ ਲੱਗਦੀਆਂ ਉਹਨਾਂ ਨੂੰ ਸਾਡੇ ਸਾਹਮਣੇ ਆ ਕੇ ਗੱਲ ਕਰੇ ਕੰਗਣਾ ਰਣੌਤ ਨੇ ਆਪਣੇ ਕਿਸਾਨਾਂ ਦਾ ਵਿਰੋਧ ਕੀਤਾ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇੱਕ ਬਾਲੀਵੁੱਡ ਐਕਟਰ ਦੀ ਡੈਥ ਹੋਈ ਸੀ ਉਹਦੇ ਕਰਕੇ ਕਿੰਨਿਆਂ ਨੇ ਫੋਟੋ ਪਾਈ ਤੇ 650 ਕਿਸਾਨ ਮਾਰ ਕੇ ਕਿਸੇ ਨੇ ਨਹੀਂ ਕੁਝ ਕਰਿਆ ਜਿੱਤਾਂਗੇ ਜਾਂ ਮਰਾਂਗੇ दस सितंबर की गल करिए कंगना रनौत की फिल्म जिदा नाँ है थलाईवी रिलीज़ हो चुकी है फिल्म के रिलीज़ होने तो पहला ही फिल्म कॉन्ट्रोवर्सिया का शिकार हो चुकी है पहला कॉन्ट्रोवर्सी यह रही कि किसानों के नाल कंगना रनौत ने जो पंगा लिया वो गलत सी दूसरी गल है कि इंडिया के वड़े वड़े सिनेमा हाउसेज जिदा कि PVR इनॉक्स सिनेपोलिस इन्होंने कंगना की फिल्म थलाईवी रिलीज़ करने तो मना कर दिता क्योंकि प्रोड्यूसर्स का कहना यह कि दो हफ्तों के बाद फिल्म ऑनलाइन भी रिलीज़ किया जाएगा सो थिएटर्स वाले ने कहा कि असी घाटा नहीं सहांगे इसलिए असी फिल्म रिलीज़ ही नहीं करांगे पर पंजाब की जेकर गल करिए पंजाब दे विच बहुत वड्डा सवाल है कि कंगना की फिल्म जे रिलीज़ होंदी है तो कि लोग देखन जाणगे या फिर नहीं तो पंजाब के कुछ किसान मेरे नाल खलोते ने आओ इन्हां तो जाणदे कंगना रनौत बारे इन्हां दी की राय है तो थलाईवी फिल्म बारे की कहना चाहेंगे सब तो पहला सर सत श्री अकाल की हाल सत श्री अकाल जी सत श्री अकाल जिवें कि मैं गल दस दी है लोगों नूं कि कंगना रनौत का जो मतलब पंजाब दे विच जो इमेज है बहुत गलत है ਇਹਦੇ ਪਿੱਛੇ ਸਭ ਨੂੰ ਪਤਾ ਕਿ ਜੋ ਕੰਗਨਾ ਨੇ ਟਵੀਟ ਕੀਤੇ ਉਹ ਗਲਤ ਸੀ ਪਰ ਅੱਜ ਕੰਗਨਾ ਦੀ ਫਿਲਮ ਰਿਲੀਜ਼ ਹੋਈ ਹੈ ਜਿਹਦਾ ਨਾਂ ਹੈ ਥਲਾਈਵੀ ਕੀ ਕਹਿਣਾ ਚਾਹੋਗੇ ਕੰਗਨਾ ਰਣੌਤ ਬਾਰੇ ਤੇ ਉਹਨਾਂ ਦੀ ਫਿਲਮ ਬਾਰੇ ਤੇ ਬਾਈ ਜੀ ਆਪਾਂ ਕੰਗਨਾ ਰਣੌਤ ਦੀ ਜੋ ਵੀ ਫਿਲਮ ਆ ਰਹੀ ਹੈ ਉਹ ਆਪਾਂ ਕਿਸੇ ਕੋਈ ਵੀ ਨਹੀਂ ਚੱਲਣ ਦੇਾਂਗੇ ਹਾਂਜੀ ਦੇਖੋ ਕੰਗਨਾ ਰਣੌਤ ਨਾਲ ਸਾਡਾ ਕੋਈ ਪਰਸਨਲ ਜਾਂ ਦਾ ਕੋਈ ਵੈਰ ਵਿਰੋਧ ਨਹੀਂ ਹੈ ਬਟ ਉਸਨੇ ਕੀ ਹੈ ਸਾਨੂੰ ਸਪੋਰਟ ਕਰਨ ਦੀ ਜਗ੍ਹਾ ਉਹ ਉਲਟਾ ਬੋਲ ਰਹੀ ਹੈ ਕਿ ਜਿੰਨੀਆਂ ਵੀ ਉੱਥੇ ਲੇਡੀਜ਼ ਜਾ ਰਹੀਆਂ ਹੈ ਉਹ ਦਿਹਾੜੀ ਤੇ ਜਾ ਰਹੀ ਹੈ ਠੀਕ ਹੈ ਸਾਡੀਆਂ ਮਤਾਵਾਂ ਖੜੀਆਂ ਨੇ ਇਹਨਾਂ ਨੂੰ ਕਹਿੰਦੀ ਸੀਗੀ ਵੀ 100-100 ਰੁਪਈਆ ਦਿਹਾੜੀ ਤੇ ਜਾਂਦੀਆਂ ਨੇ ਇਹ ਕੀ ਇਹ ਤੁਹਾਨੂੰ ਲੱਗਦੀਆਂ ਕਿ ਦਿਹਾੜੀ ਤੋਂ ਸਾਡੇ ਘਰ ਤੋਂ ਨਿਕਲ ਕੇ ਅਸੀਂ ਰੋਡ ਦੇ ਉੱਪਰ ਪ੍ਰੋਟੈਕਟ ਕਰ ਰਹੇ ਹਾਂ ਫਿਲਮ ਦੀ ਜੇਕਰ ਗੱਲ ਕਰੀਏ ਮੈਂ ਫਿਲਮ ਦੀ ਗੱਲ ਕਰਾਂਗਾ ਤੁਹਾਡੇ ਸਾਰਿਆਂ ਨਾਲ ਜੇ ਬੱਚੇ ਵੀ ਨੇ ਕੁਝ ਫਿਲਮ ਦੇਖਦੇ ਹੋਣਗੇ ਬੱਚੇ ਤੁਸੀਂ ਕੀ ਕਹਿਣਾ ਚਾਹੋਗੇ ਕੰਗਨਾ ਰਣੌਤ ਬਾਰੇ ਅਕਸਰ ਤੁਸੀਂ ਵੀ ਯੂਥ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਉਹ ਮੂਵੀ ਨਹੀਂ ਲੱਗਣ ਦੇਣੀ ਜੇ ਕੋਈ ਜੇ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਖੜਾਂਗੇ ਜੇ ਨਾ ਖੜੇ ਤਾਂ ਅਸੀਂ ਫਿਰ ਬੱਚਿਆਂ ਨੂੰ ਵੀ ਮਤਲਬ ਪਤਾ ਹੈ ਕਿ ਜੋ ਕੰਗਨਾ ਨੇ ਪੰਜਾਬ ਦੇ ਕਿਸਾਨਾਂ ਬਾਰੇ ਜੋ ਪੰਜਾਬ ਬਾਰੇ ਕਿਹਾ ਉਹ ਗਲਤ ਹੈ ਵੈਲ ਇੱਕ ਹੁੰਦਾ ਵੀ ਉਹਦਾ ਪਰਸਨਲ ਸਟੇਟਮੈਂਟ ਇੱਕ ਹੁੰਦੀ ਉਹਦੀ ਪ੍ਰੋਫੈਸ਼ਨਲ ਲਾਈਨ ਤੋ ਪਰਸਨਲ ਨੂੰ ਮੈਨੂੰ ਲੱਗਦਾ ਪ੍ਰੋਫੈਸ਼ਨਲ ਦੇ ਨਾਲ ਨਹੀਂ ਜੋੜਨਾ ਚਾਹੀਦਾ ਉਹਦਾ ਪ੍ਰੋਫੈਸ਼ਨ ਇੱਕ ਐਕਟਰ ਦਾ ਵਾ ਐਜ਼ ਐਨ ਐਕਟਰ ਤੁਹਾਨੂੰ ਕੀ ਲੱਗਦਾ ਕਿ ਕੰਗਨਾ ਕਿੰਨੀ ਕੁ ਵਧੀਆ ਐਕਟਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੀ ਅਗਰ ਉਹਦਾ ਪ੍ਰੋਫੈਸ਼ਨਲ ਐਕਟਰ ਹੈ ਤਾਂ ਸਾਡਾ ਪ੍ਰੋਫੈਸ਼ਨ ਹੈ ਫਾਰਮਰ ਹੈ ਠੀਕ ਹੈ ਭਾਜੀ ਅਗਰ ਉਹ ਸਾਡੇ ਪ੍ਰੋਫੈਸ਼ਨ ਤੇ ਉਂਗਲ ਚੱਕ ਸਕਦੀ ਆ ਅਸੀਂ ਉਹਦੇ ਤੇ ਵੀ ਚੱਕ ਸਕਦੇ ਹਾਂ ਠੀਕ ਹੈ ਮੇਰੇ ਨਾਲ ਕੁਝ ਇੱਥੇ ਬਜ਼ੁਰਗ ਮਾਤਾਵਾਂ ਵੀ ਮੌਜੂਦ ਨੇ ਮੈਂ ਇਹਨਾਂ ਤੋਂ ਵੀ ਪੁੱਛਣਾ ਚਾਹਾਂਗਾ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਬਾਲੀਵੁੱਡ ਦੇ ਜੋ ਕਲਾਕਾਰ ਨੇ ਜਿਨ੍ਹਾਂ ਨੂੰ ਉਮੀਦ ਸੀ ਸਾਨੂੰ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਿ ਇਹ ਸਾਡੇ ਲਈ ਆਵਾਜ਼ ਚੁੱਕਣਗੇ ਕਿੰਨੇ ਸਮੇਂ ਹੋ ਗਏ ਨੇ ਕਿੰਨੇ ਦੇਰ ਤੋਂ ਮੈਂ ਰੋਜ਼ ਇੱਥੋਂ ਲੰਘਦੇ ਰੋਜ਼ ਦੇਖਦੇ ਵੀ ਰੋਜ਼ ਇੱਥੇ ਕਿਸਾਨ ਜਾਂ ਰੋਜ਼ ਕੋਈ ਨਾ ਕੋਈ ਕਾਠੇ 'ਤੇ ਖੜਾ ਰਹਿੰਦਾ ਪਰ ਕੁਝ ਜੋ ਵੱਡੇ ਜਿਨ੍ਹਾਂ ਦੀ ਆਵਾਜ਼ ਜ਼ਿਆਦਾ ਉੱਚੀ ਹੈ ਉਹ ਜਦੋਂ ਸਾਡੇ ਹੱਕ ਦੇ ਵਿੱਚ ਨਹੀਂ ਬੋਲਦੇ ਤਾਂ ਕਿੱਦਾਂ ਦਾ ਮਹਿਸੂਸ ਕਰਦੇ ਤੁਸੀਂ ਜਿੱਦਾਂ ਕਿ ਅਕਸ਼ੇ ਕੁਮਾਰ ਕੰਗਨਾ ਰਣੌਤ ਦੀ ਗੱਲ ਕਰੀਏ ਉਹਨਾਂ ਨੇ ਸਾਡੇ ਬਾਰੇ ਗਲਤ ਕਿਹਾ ਹੈ ਅਤੇ ਅੱਜ ਉਹਨਾਂ ਦੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਤਾਂ ਉਹਨਾਂ ਦੀ ਫਿਲਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਦ ਉਹ ਫਿਲਮ ਕੱਢੂਗੀ ਅਸੀਂ ਉਹਦਾ ਵਿਰੋਧ ਕਰੂੰਗੇ ਜਦ ਉਹ ਸਾਨੂੰ ਐਂ ਕਹਿ ਸਕਦੀ ਹੈ ਬਜ਼ੁਰਗਾਂ ਨੂੰ ਵੀ 100-100 ਰੁਪਈਏ ਦੇ ਦਿਹਾੜੀ ਪਰ ਜਾਂਦੇ ਹਾਂ ਸਾਡੀ ਜ਼ਮੀਰ ਜਾਗਦੀ ਹੈ ਅਸੀਂ ਕੋਈ ਊਂ ਤਾਂ ਨਹੀਂ ਆਉਂਦੀਆਂ ਅਸੀਂ ਦਿਹਾੜੀਦਾਰ ਲੱਗਦੀਆਂ ਉਹਨਾਂ ਨੂੰ ਸਾਡੇ ਸਾਹਮਣੇ ਆ ਕੇ ਗੱਲ ਕਰੇ ਇਹ ਅਸੀਂ ਉਹਦੀ ਫਿਲਮ ਦਾ ਪੂਰਾ ਵਿਰੋਧ ਕਰੂੰਗੀਆਂ ਅਸੀਂ ਵਿਰੋਧ ਕਰੂੰਗੇ ਅਸੀਂ ਫਿਲਮ ਲੱਗਣ ਨਹੀਂ ਦਊਂਗੇ ਹਾਂ ਅਸੀਂ ਆਪਣੀ ਜ਼ਮੀਨਾਂ ਵਾਸਤੇ ਆਪਣੇ ਬੱਚਿਆਂ ਜਾਗਦੀ ਹੈ
ਇਹ ਗੱਲ ਦੀ ਅਸੀਂ ਆਪਣੇ ਆਪ ਆਉਂਦੀਆਂ ਅਸੀਂ ਆਪਣੇ ਹੱਕਾਂ ਵਾਸਤੇ ਆਉਂਦੇ ਹਾਂ ਨਾ ਕਿਸੇ ਵਾਸਤੇ ਪਰ ਕੰਗੜਾਂ ਦਾ ਜੇ ਉਰੇ ਫਿਲਮ ਲੱਗ ਵੀ ਜਾਵੇ ਅਸੀਂ ਉਹਦਾ ਪੂਰਾ ਵਿਰੋਧ ਕਰੂੰਗੀਆਂ ਸਾਰੀਆਂ ਬੀਬੀਆਂ ਲੱਗਣੇ ਨਹੀਂ ਦੇਣੀ ਅਸੀਂ ਹਾਂ ਫਿਲਮ ਦੀ ਜੇਕਰ ਗੱਲ ਕਰੀ ਨਾ ਤੇ ਜੋ ਇੰਡੀਆ ਦੇ ਵੱਡੇ ਵੱਡੇ ਸਿਨੇਮਾ ਘਰ ਨੇ ਕੁਝ ਸਿਨੇਮਾ ਘਰਾਂ ਨੇ ਫਿਲਮ ਨੂੰ ਲਾਉਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਹੈ ਤੋ ਇਹਦੇ ਵਾਸਤੇ ਤੁਹਾਡਾ ਕੀ ਟੇਕਾ ਕੀ ਰਾਇਆ ਤੁਹਾਡੀ ਕੀ ਫਿਲਮ ਨੂੰ ਪਹਿਲਾਂ ਹੀ ਰਿਲੀਜ਼ ਹੋਣ ਤੋਂ ਬੈਨ ਕਰ ਦਿੱਤਾ ਕਿ ਵੱਡੇ ਵੱਡੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੀ ਨਹੀਂ ਹੋਗੀ ਤੋ ਕੀ ਕਹਿਣਾ ਚਾਹੋਗੇ ਤੇ ਤੁਹਾਡਾ ਕੀ ਭਾਅ ਜੀ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਮੈਂ ਇਹ ਕਹਾਂਗਾ ਕਿ ਜਿੰਨੇ ਵੀ ਸਿਨੇਮਾ ਘਰ ਆਏ ਜਾਂ ਜਿਨ੍ਹਾਂ ਨੇ ਬੈਨ ਕੀਤਾ ਉਹ ਸਾਡੀ ਸਪੋਰਟ 'ਚ ਖੜੇ ਨੇ ਅਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਇਹ ਜਿਹਾ ਗੰਦੇ ਐਕਟਰਾਂ ਦਾ ਨੂੰ ਸਪੋਰਟ ਨਾ ਕਰਕੇ ਸਾਨੂੰ ਫਾਰਮਰਾਂ ਨੂੰ ਸਪੋਰਟ ਕਰਦੇ ਆ ਤੈ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਪ੍ਰਮੋਟਰਾਂ ਦਾ ਬਾਕੀ ਰਹਿ ਗਏ ਉਹਨਾਂ ਦੀ ਵੀ ਅਸੀਂ ਕਹਿੰਦੇ ਹਾਂ ਬਈ ਉਹ ਵੀ ਕਰ ਦੇਣ ਅਤੇ ਸਾਨੂੰ ਬਈ ਜੋਸ਼ ਮਿਲੇਗਾ ਹੋਰ ਜੇਕਰ ਗੱਲ ਕਰੀਏ ਪੰਜਾਬ ਦੀ ਹੀ ਤਾਂ ਪੰਜਾਬ ਨੂੰ ਕੀ ਉਮੀਦ ਸੀ ਕਿ ਉਹ 'ਚ ਕਲਾਕਾਰਾਂ ਦੀ ਜੋ ਪੰਜਾਬ ਤੋਂ ਉੱਠ ਕੇ ਹੀ ਬੰਬੇ ਦੇ ਵਿੱਚ ਗਏ ਨੇ ਤੋ ਤੁਹਾਨੂੰ ਲੱਗਦਾ ਸੀ ਉਹਨਾਂ ਨੂੰ ਸਾਡੇ ਹੱਕ ਦੇ ਵਿੱਚ ਆਵਾਜ਼ ਚੁੱਕਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਆਵਾਜ਼ ਨਹੀਂ ਚੁੱਕੀ ਤਾਂ ਉਹਨਾਂ ਕਲਾਕਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੋ ਪੰਜਾਬ ਦੇ ਨੇ ਅਤੇ ਫਿਲਮ ਇੰਡਸਟਰੀ 'ਚ ਭਾਅ ਜੀ ਦੇਖੋ ਪੰਜਾਬ ਦਾ ਅਗਰ ਲਾਤ ਰਵਿੰਦਰ ਹੈ ਜਿੱਦਾਂ ਸਨੀ ਦਿਓਲ ਹੈ ਉਹ ਉੱਠੇ ਕਿੱਥੋਂ ਹੈ ਪੰਜਾਬ 'ਚੋਂ ਉੱਠੇ ਹੈ ਉਹ ਪੰਜਾਬ ਨੂੰ ਹੀ ਨਹੀਂ ਸਪੋਰਟ ਕਰਕੇ ਬੀਜੇਪੀ ਨੂੰ ਸਰਕਾਰ ਨੂੰ ਸਪੋਰਟ ਕਰ ਰਹੇ ਨੇ ਅਤੇ ਸਾਨੂੰ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹ ਸਾਨੂੰ ਸਪੋਰਟ ਨਾ ਕਰਕੇ ਬੀਜੇਪੀ ਸਰਕਾਰ ਨੂੰ ਜਾਂ ਫਾਰਮਰਾਂ ਦੇ ਅਗੇਂਸਟ ਜਾ ਕੇ ਬੋਲ ਰਹੇ ਨੇ ਹੁਣ ਪਿੱਛੇ ਹੀ ਧਰਮਿੰਦਰ ਹੈ ਧਰਮਿੰਦਰ ਇੱਥੋਂ ਪੰਜਾਬ 'ਚੋਂ ਹੀ ਸੀ ਬਣਿਆ ਸੀ ਅਤੇ ਉਸ ਤੋਂ ਬਾਅਦ ਵੀ ਸਨੀ ਦਿਓਲ ਸਾਡੀ ਸਪੋਰਟ 'ਚ ਨਾ ਹੋਵੇ ਸ਼ਰਮ ਵਾਲੀ ਗੱਲ ਹੈ ਇੱਕ ਪੰਜਾਬੀ ਹੋਣ ਦੇ ਨਾਂ 'ਤੇ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਪੰਜਾਬੀ ਅਤੇ ਨਾਲ ਐਮ ਪੀ ਵੀ ਨੇ ਗੁਰਦਾਸਪੁਰ ਦੇ ਹਾਂਜੀ ਮੁੜ ਕੇ ਇੱਕ ਵਾਰੀ ਚੋਣਾਂ ਜਿੱਤ ਕੇ ਅਤੇ ਮੁੜ ਕੇ ਪੰਜਾਬ 'ਚ ਉਹਨਾਂ ਨੇ ਪੈਰ ਨਹੀਂ ਪਾਇਆ ਮੁੜ ਕੇ ਬੰਬੇ ਬੈਠ ਕੇ ਜਾ ਕੇ ਇਹਨਾਂ ਨੂੰ ਆ ਕੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਸਾਡੀਆਂ ਜੜ੍ਹਾਂ ਵੱਢ ਕੇ ਉਹ ਸੋਚਦੇ ਹਾਂ ਕਿ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਉਹਨਾਂ ਦੀ ਮੂਵੀਆਂ ਦੇਖਾਂਗੇ ਇਹ ਕਿਵੇਂ ਹੋ ਸਕਦਾ ਭਾਅ ਜੀ ਸਾਡੀਆਂ ਜੜ੍ਹਾਂ ਵੱਢ ਰਹੇ ਨੇ ਉਹ ਅਸੀਂ ਉਹਨਾਂ ਨੂੰ ਸਪੋਰਟ ਕਰੀਏ ਪੋਸੀਬਲ ਨਹੀਂ ਹੈ ਅਤੇ ਅਸੀਂ ਤਾਂ ਚਾਹੁੰਦੇ ਹਾਂ ਅਗਰ ਮੂਵੀ ਲੱਗਦੀ ਵੀ ਹੈ ਅਸੀਂ ਪੁਰਜ਼ੋਰ ਵਿਰੋਧ ਕਰਾਂਗੇ ਕਿਤੇ ਵੀ ਲੱਗੇ ਕੋਈ ਚੱਕਰ ਨਹੀਂ ਆ ਅਸੀਂ ਜਾਵਾਂਗੇ ਸਾਡੀਆਂ ਮਤਾਵਾਂ ਪੈਣਾ ਸਾਰੇ ਸਾਡੇ ਨਾਲ ਨੇ ਜਿੱਥੇ ਵੀ ਖੜੇ ਹਾਂ ਹਿੱਕ ਤਾਣ ਕੇ ਖੜਾਂਗੇ ਭਾਅ ਜੀ ਜੇ ਉਮੀਦ ਦੀ ਗੱਲ ਕਰੀਏ ਤਾਂ ਜੋ ਲੋਕ ਸੀ ਉਹਨਾਂ ਨੂੰ ਉਮੀਦ ਸੀ ਕਿ ਸਾਡੇ ਹੱਕ ਦੇ ਵਿੱਚ ਬੋਲਣਗੇ ਹੱਕ 'ਚ ਤਾਂ ਕੀ ਬੋਲਣਾ ਸੀ ਉਹਨਾਂ ਨੇ ਸਗੋਂ ਸਾਡੇ ਵਿਰੋਧ 'ਚ ਹੀ ਬੋਲਿਆ ਜੋ ਪੰਜਾਬ ਦੇ ਕਿਸਾਨ ਨੇ ਉਹਨਾਂ ਦੇ ਪੱਖ 'ਚ ਤਾਂ ਆਏ ਨਹੀਂ ਸਗੋਂ ਜੋ ਗਵਰਨਮੈਂਟ ਹੈ ਉਹਨਾਂ ਦੇ ਨਾਲ ਰਲ ਕੇ ਸਾਡੇ ਖਿਲਾਫ ਹੀ ਬੋਲ ਗਏ ਨੇ ਅਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਮਤਲਬ ਜਦੋਂ ਦਿਲ ਨੂੰ ਠੇਸ ਪਹੁੰਚਦੀ ਜਦੋਂ ਕੋਈ ਆਪਣਾ ਹੀ ਮਤਲਬ ਜਦੋਂ ਬੋਲਦੇ ਨੇ ਉਹ TRP ਲਈ ਬੋਲਦੇ ਨੇ ਜੀ ਆਪਣੀ TRP ਵਧਾਉਣ ਲਈ ਕਿਸਾਨਾਂ ਦੇ ਵਿਰੋਧ 'ਚ ਬੋਲਦੇ ਨੇ ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਥੋੜ੍ਹਾ ਜਿਹਾ ਕਿਸਾਨਾਂ ਬਾਰੇ TRP ਬਾਰੇ ਨਾ ਸੋਚਣ ਜੀ ਮੇਰੇ ਨਾਲ ਕੁਝ ਬਜ਼ੁਰਗ ਵੀ ਖੜੇ ਨੇ ਮੈਂ ਸਭ ਤੋਂ ਪਹਿਲਾਂ ਆਪਾਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਜੀ ਫਿਲਮ ਦੀ ਹੀ ਗੱਲ ਕਰਾਂਗਾ ਮੈਂ ਜਿੱਦਾਂ ਕਿ ਪੂਰੇ ਪੰਜਾਬ 'ਚ ਪਤਾ ਕਿ ਕੰਗਨਾ ਰਣੌਤ ਕੌਣ ਹੈ ਪਹਿਲਾਂ ਤਾਂ ਪੰਜਾਬ 'ਚ ਸ਼ਾਇਦ ਘੱਟ ਲੋਕਾਂ ਨੂੰ ਪਤਾ ਸੀ ਪਰ ਜਦੋਂ ਦੇ ਟਵੀਟ ਹੋਣੇ ਸ਼ੁਰੂ ਕੰਟਰੋਵਰਸੀ ਵਧਣੀ ਸ਼ੁਰੂ ਹੋਈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਦੀ ਫਿਲਮ ਰਿਲੀਜ਼ ਹੋ ਚੁੱਕੀ ਹੈ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਦੀ ਫਿਲਮ ਨੂੰ ਕਿੰਨਾ ਕੁ ਮਤਲਬ ਤੁਹਾਨੂੰ ਲੱਗਦਾ ਹੁੰਗਾਰਾ ਮਿਲਣਾ ਚਾਹੀਦਾ ਪੰਜਾਬ 'ਚ ਜਾਂ ਪੰਜਾਬ ਦੇ ਵਿੱਚ ਫਿਲਮ ਲੱਗਣੀ ਵੀ ਚਾਹੀਦੀ ਹੈ ਨਹੀਂ ਲੱਗਣੀ ਚਾਹੀਦੀ ਕੀ ਕਹਿਣਾ ਮੈਂ ਤਾਂ ਕਹਿੰਦਾ ਵੀ ਇਹਨਾਂ ਦੀ ਫਿਲਮ ਨੂੰ ਕੋਈ ਵੀ ਦੇਖਣ ਨਾ ਜਾਵੇ ਕੰਗਣਾ ਰਣੌਤ ਨੇ ਆਪਣੇ ਕਿਸਾਨਾਂ ਦਾ ਵਿਰੋਧ ਕੀਤਾ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਮਰਦੇ ਦਮ ਤੱਕ ਵਿਰੋਧ ਕਰਾਂਗੇ ਇਹ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕੰਗਣਾ ਰਣੌਤ ਮੁਰਦਾਬਾਦ ਕੰਗਣਾ ਰਣੌਤ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਖੱਟੜ ਸਰਕਾਰ ਖੱਟੜ ਸਰਕਾਰ ਮੋਦੀ ਮਰ ਗਿਆ ਮੋਦੀ ਮਰ ਗਿਆ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਬਾਕੀ ਧੰਨਵਾਦ ਮਤਲਬ ਤੁਸੀਂ ਦੇਖ ਸਕਦੇ ਕਿੰਨਾ ਜੋਸ਼ ਭਰ ਦਿੱਤਾ ਹੈ ਅਤੇ ਮੈਨੂੰ ਲੱਗਦਾ ਕਿ ਕੁਝ ਬੱਚੇ ਵੀ ਬੋਲਣਾ ਚਾਹੁੰਦੇ ਨੇ ਇਹਨਾਂ ਤੋਂ ਵੀ ਰਾਏ ਲੈ ਲੈਂਦੇ ਹਾਂ ਬੱਚੋ ਤੁਸੀਂ ਕੀ ਕਹਿਣਾ ਚਾਹੋਗੇ ਕੈਮਰਾ ਤੁਹਾਡੇ ਸਾਹਮਣੇ ਹੈ ਤੁਸੀਂ ਜੋ ਵੀ ਕੁਝ ਬੋਲਣਾ ਚਾਹੁੰਦੇ ਹੋ ਕਿਸੇ ਵੀ ਗਵਰਨਮੈਂਟ ਬਾਰੇ ਜਾਂ ਕਿਸੇ ਵੀ ਐਕਟਰ ਬਾਰੇ ਤੁਸੀਂ ਖੁੱਲ੍ਹ ਕੇ ਬੋਲ ਸਕਦੇ ਹੋ ਜਿਹੜੀ ਕੰਗਣਾ ਨੇ ਮੂਵੀ ਰਿਲੀਜ਼ ਕੀਤੀ ਉਸੇ ਰਿਲੀਜ਼ ਨਹੀਂ ਹੋਣ ਦੇਣੀ ਹੈਗੀ ਜੇ ਉਹ ਰਿਲੀਜ਼ ਵੀ ਕਰੂਗੀ ਅਸੀਂ ਉਹ ਧਰਨਾ ਲਾ ਲੈਣਾ ਵੀ ਇਹ ਮੂਵੀ ਰਿਲੀਜ਼ ਨਹੀਂ ਹੋਣੀ ਚਾਹੀਦੀ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਇੱਕ ਬਾਲੀਵੁੱਡ ਐਕਟਰ ਦੀ ਡੈਥ ਹੋਈ ਸੀ ਉਹਦੇ ਕਰਕੇ ਕਿੰਨਿਆਂ ਨੇ ਫੋਟੋ ਪਾਈ ਅਤੇ 650 ਕਿਸਾਨ ਮਾਰ ਕੇ ਕਿਸੇ ਨੇ ਨਹੀਂ ਕੁਛ ਕਰਿਆ ਮੈਂ ਇਹ ਕਹਿਣਾ ਚਾਹੁੰਦਾ ਜੋ ਮਤਲਬ ਮੁੱਦੇ ਹੁੰਦੇ ਨੇ ਜੋ ਅਸਲ ਮੁੱਦੇ ਹੁੰਦੇ ਨੇ ਉਹਨਾਂ ਵੱਲ ਲੋਕ ਧਿਆਨ ਨਹੀਂ ਦਿੰਦੇ ਪਰ ਜੋ ਤੁਹਾਨੂੰ ਲੱਗਦਾ ਕਿ ਜੋ ਸੀਰੀਅਸ ਇਸ਼ੂਜ਼ ਨੇ ਉਹਨਾਂ ਵੱਲ ਵੀ ਗੌਰ ਨਾਲ ਵੇਖਣਾ ਚਾਹੀਦਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜੋ ਕਿਸਾਨ ਇਸ ਵਕਤ ਡੱਟ ਕੇ ਖਲੋਤੇ ਹੋਏ ਨੇ ਕਿ ਕਹਿੰਦੇ ਪਏ ਨੇ ਕਿ ਜੋ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਅਤੇ ਕੀ ਲੱਗਦਾ ਹੈ ਕਿੰਨਾ ਕੁ ਮਤਲਬ ਜੋਸ਼ ਹੋਰ ਬਾਕੀ ਅਤੇ ਕਦੋਂ ਤੱਕ ਇੱਥੇ ਖੜ੍ਹੇ ਰਹਿਣ ਦਾ ਤੁਸੀਂ ਮਤਲਬ ਘਰੋਂ ਸੋਚ ਕੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਕਿ ਕਿੰਨਾ ਕੁ ਤੁਸੀਂ ਮਨ ਦੇ ਵਿੱਚ ਸੋਚਿਆ ਕਿ ਅਸੀਂ ਡਟੇ ਰਹਿਣਾ ਅਸੀਂ ਹਿੱਲਣਾ ਨਹੀਂ ਅਸੀਂ ਜਿੰਨਾ ਚਿਰ ਧਰਨ ਆਪਣਾ ਕਾਨੂੰਨ ਰੱਦ ਨਹੀਂ ਕਰਦਾ
ਉਹਨਾਂ ਚਿਰ ਅਸੀਂ ਇੱਥੇ ਖੜੇ ਰਵਾਂਗੇ, ਦਿਨ ਰਾਤ ਵੀ ਖੜੇ ਰਹਿਣ ਨੂੰ ਤਿਆਰ ਹਾਂ ਅਸੀਂ। ਜਿੰਨਾ ਚਿਰ ਨਹੀਂ ਕਾਨੂੰਨ ਰੱਦ ਕਰਦਾ ਉਹਨਾਂ ਚਿਰ ਅਸੀਂ ਖੜ੍ਹਨੇ ਨੂੰ ਤਿਆਰ ਹਾਂ। ਸਾਡੇ ਭਾਈ ਵੀਰ ਮਾਤਾਵਾਂ ਭੈਣਾਂ ਸਭ ਸਾਡੇ ਪਿੱਛੇ ਹੈ, ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਕਿ ਸਾਡੀ ਸਪੋਰਟ ਕਰਦੇ ਹਾਂ, ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਬਾਈ ਜੀ ਇੱਕੇ ਗੱਲ ਕਹਾਂਗੇ, ਜਿੱਤਾਂਗੇ ਜਾਂ ਮਰਾਂਗੇ, ਜਿੱਤਾਂਗੇ ਜਾਂ ਮਰਾਂਗੇ, ਜਿੱਤਾਂਗੇ ਜਾਂ ਮਰਾਂਗੇ। ਕਿਸਾਨ ਮਜ਼ਦੂਰ ਏਕਤਾ, ਮੋਦੀ ਸਰਕਾਰ, ਮੋਦੀ ਮਰ ਗਿਆ। ਜੋਸ਼ ਭਰਿਆ ਤੁਸੀਂ ਹੈ ਨਾ, ਵੀ ਇਕੱਲੇ ਇਕੱਲੇ ਨੂੰ ਪਤਾ ਹੈ ਬੱਚਿਆਂ ਦਾ ਜੋਸ਼ ਦੇਖੋ, ਅਗਰ ਬੱਚਿਆਂ 'ਚ ਇੰਨਾ ਜੋਸ਼ ਹੈ ਤਾਂ ਸਾਡੇ 'ਚ ਕਿਉਂ ਨਹੀਂ ਹੋਊਗਾ। ਜੀ ਅਸੀਂ ਮੋਦੀ ਨੂੰ ਮਾਰ ਕੇ ਰਵਾਂਗੇ ਅਤੇ ਕੰਗਣਾ ਰਣੌਤ ਦੀ ਫਿਲਮ ਨਹੀਂ ਰਿਲੀਜ਼ ਹੋਣ ਦੇਵਾਂਗੇ। ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਕਿ ਉਹ ਕਿਉਂ ਰਿਲੀਜ਼ ਕਰ ਰਹੇ ਹੈ। ਕਿਸਾਨ ਏਕਤਾ ਜਿੰਦਾਬਾਦ, ਕਰੋ ਸਿਆਪਾ, ਹਾਏ ਹਾਏ, ਮੋਦੀ ਮਰ ਗਿਆ, ਹਾਏ ਹਾਏ, ਕਰੋ ਸਿਆਪਾ, ਹਾਏ ਹਾਏ, ਇਹ ਸਰਕਾਰਾਂ ਕਰਦੀਆਂ ਕੀ, ਤੇਰਾ ਫੇਰੀ 420, ਇਹ ਸਰਕਾਰਾਂ ਕਰਦੀਆਂ ਕੀ, ਤੇਰਾ ਫੇਰੀ 420, ਪੰਜਾਬ ਹਰਿਆਣੇ ਕਾ ਏਕਾ ਜਿੰਦਾਬਾਦ, ਪੰਜਾਬ ਹਰਿਆਣੇ ਕਾ ਏਕਾ ਜਿੰਦਾਬਾਦ, ਦਿੱਲੀਏ ਤੇਰੇ ਕੰਮ ਨਿਕੰਮੇ, ਦਿੱਲੀਏ ਤੇਰੇ ਕੰਮ ਨਿਕੰਮੇ, ਕਿਸਾਨਾਂ ਨੂੰ ਮਰਵਾਉਂਗੇ, ਅਸੀਂ ਕਿੱਥੋਂ ਖਾਓਗੇ, ਕਿਸਾਨਾਂ ਨੂੰ ਮਰਵਾਉਂਗੇ, ਅਸੀਂ ਕਿੱਥੋਂ ਖਾਓਗੇ, ਇੱਕੀ ਦੁੱਕੀ ਚੱਕ ਦਿਆਂਗੇ, ਹੋਣ ਤੇ ਗੋਡਾ ਰੱਖ ਦਿਆਂਗੇ, ਇੱਕੀ ਦੁੱਕੀ ਚੱਕ ਦਿਆਂਗੇ, ਹੋਣ ਤੇ ਗੋਡਾ ਰੱਖ ਦਿਆਂਗੇ, ਕਿਸਾਨਾਂ ਨਾਲ ਟੁਕਰਾਉਂਗੇ, ਚੂਰ ਚੂਰ ਹੋ ਜਾਓਗੇ, ਕਿਸਾਨਾਂ ਨਾਲ ਟੁਕਰਾਉਂਗੇ, ਚੂਰ ਚੂਰ ਹੋ ਜਾਓਗੇ। ਮੋਦੀ ਮਰ ਗਿਆ, ਹਾਏ ਹਾਏ, ਕੰਗਣਾ ਮਰ, ਤੁਸੀਂ ਦੇਖ ਸਕਦੇ ਹੋ ਕੰਗਨਾ ਰਣੌਤ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਪੰਜਾਬ ਦੇ ਵਿੱਚ ਬੈਨ ਹੋ ਚੁੱਕੀ ਹੈ। ਅੱਜ ਉਹਨਾਂ ਦੀ ਫਿਲਮ ਰਿਲੀਜ਼ ਹੋਈ ਹੈ, ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ ਸਰੇਆਮ ਬਾਈਕਾਟ ਕੀਤਾ, ਕਿਹਾ ਜੇ ਫਿਲਮ ਲੱਗਦੀ ਵੀ ਹੈ ਪੰਜਾਬ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਾਂਗੇ, ਅਸੀਂ ਧਰਨਾ ਲਾਵਾਂਗੇ। ਪੰਜਾਬ ਦੀ ਰਾਏ ਤੁਸੀਂ ਜਾਣ ਹੀ ਚੁੱਕੇ ਹੋ, ਤੁਹਾਡਾ ਕੀ ਕੁਝ ਕਹਿਣਾ ਕੰਗਨਾ ਰਣੌਤ ਦੇ ਬਾਰੇ, ਕਿਸਾਨਾਂ ਦੇ ਬਾਰੇ, ਪੰਜਾਬੀਆਂ ਦੇ ਬਾਰੇ, ਪੰਜਾਬ ਹਰਿਆਣਾ ਦੇ ਬਾਰੇ, ਮੋਦੀ ਸਰਕਾਰ ਦੇ ਬਾਰੇ? ਤੁਸੀਂ ਆਪਣੀ ਰਾਏ ਜ਼ਰੂਰ ਦੇਣਾ ਅਤੇ ਜੁੜੇ ਰਹਿਣਾ ਦਸ ਅਮਰ ਨਿਊਜ਼ ਦੇ ਨਾਲ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।